ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਸਬ ਤਹਿਸੀਲ ਗੁਰਾਇਆਂ ਵਿਖੇ ਨਾਇਬ ਤਹਿਸੀਲਦਾਰ ਧਰਮਿੰਦਰ ਕੁਮਾਰ ਦੀ ਬਦਲੀ ਬੰਗਾ ਵਿਖੇ ਹੋਣ ਤੋਂ ਬਾਅਦ ਸੁਰਿੰਦਰਪਾਲ ਸਿੰਘ ਪੰਨੂ ਨੇ ਬਤੌਰ ਨਾਇਬ ਤਹਿਸੀਲਦਾਰ ਚਾਰਜ ਸੰਭਾਲਿਆ ਹੈ। ਚਾਰਜ ਸੰਭਾਲਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਇਬ ਤਹਿਸੀਲਦਾਰ ਸੁਰਿੰਦਰਪਾਲ ਸਿੰਘ ਪੰਨੂ ਨੇ ਕਿਹਾ ਕਿ ਉਹਨਾਂ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਕੰਮ ਕੀਤਾ ਜਾਵੇਗਾ ਅਤੇ ਜੇਕਰ ਲੋਕਾਂ ਨੂੰ ਗੁਰਾਇਆਂ ਸਾਹਿਬ ਤਹਿਸੀਲ ਵਿੱਚ ਕੰਮ ਕਰਵਾਉਣ ਲਈ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਸਿੱਧਾ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਮੈਂ ਸੁਰਿੰਦਰਪਾਲ ਸਿੰਘ ਪੰਨੂ ਨਿਮਰਤਾ ਸਹਿਤ ਸਾਰਿਆਂ ਨੂੰ ਫਤਿਹ ਬੁਲਾਉਂਦਾ। ਮੈਂ ਅੱਜ ਬਤੌਰ ਨਾਇਬ ਤਹਿਸੀਲਦਾਰ ਕੰਮ ਕਾਰ ਜ਼ਿਲ੍ਹਾ ਦੀ ਮੈਜਿਸਟਰੇਟ ਤਹਿਸੀਲ ਗੁਰਾਇਆਂ ਦਾ ਮਾਨਯੋਗ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਚਾਰਜ ਸੰਭਾਲਿਆ। ਮੈਂ ਬੇਨਤੀ ਕਰਦਾ ਵੀ ਮੈਂ ਜੋ ਵੀ ਕੰਮ ਕਰੂੰਗਾ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਲੋਕਾਂ ਦੇ ਪ੍ਰਤੀ ਨਿਸ਼ਠਾ ਰੱਖੂਗਾ ਪੂਰੀ, ਅਤੇ ਜੋ ਵੀ ਸਰਕਾਰ ਦੀਆਂ ਨਵੀਆਂ ਹਦਾਇਤਾਂ ਆਉਣਗੀਆਂ ਜਾਂ ਜੋ ਆਪਣੇ ਰੂਲ ਹੈਗੇ ਉਹਦੇ ਮੁਤਾਬਕ ਆਪਣੀ ਕਾਰਵਾਈ ਕਰੂੰਗਾ। ਅਗਰ ਕਿਸੇ ਬੰਦੇ ਨੂੰ ਕੋਈ ਵੀ ਦੁੱਖ ਤਕਲੀਫ ਹੈ ਮੇਰੇ ਏਰੀਏ ਦੇ ਬੰਦੇ ਨੂੰ ਤਾਂ ਮੈਨੂੰ ਸਿੱਧੇ ਤੌਰ 'ਤੇ ਆ ਕੇ ਮਿਲ ਸਕਦਾ। ਮੈਂ ਉਹਦੀ ਜੋ ਵੀ ਉਹਦੀ ਪਰੇਸ਼ਾਨੀ ਹੋਊਗੀ ਉਹਨੂੰ ਦੂਰ ਕਰਨ ਦੀ ਤਨ ਦਿਲੋਂ ਕੋਸ਼ਿਸ਼ ਕਰਾਂ।